ਜੇਕਰ ਕੋਈ ਕੋਲਗੇਟ ਖਾ ਲਵੇ ਤਾਂ ਕੀ ਹੋਵੇਗਾ? ਕਿਸ ਫਿਲਮ ਜਾਂ ਕਹੀਏ ਮੂਵੀ ਨੂੰ ਡਾਊਨਲੋਡ ਕਰਨ ਦੇ ਨਾਲ ਤੁਸੀਂ ਜੇਲ੍ਹ ਤੱਕ ਜਾ ਸਕਦੇ ਹੋ? ਪਰ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਕਿ ਆਂਡਾ ਤਾਜ਼ਾ ਹੈ ਜਾਂ ਪੁਰਾਣਾ ਹੈ? ਜੇ ਪੁਰਾਣਾ ਹੈ ਤਾਂ ਕਿੰਨਾ ਜ਼ਿਆਦਾ ਪੁਰਾਣਾ ਹੈ? ਜਾਪਾਨ ਦੇ ਰੇਲਵੇ ਟਰੈਕ ਦੇ ਵਿਚਕਾਰ ਛੋਟੀਆਂ ਛੋਟੀਆਂ ਸੁਰੰਗਾਂ ਕਿਉਂ ਪੱਟੀਆਂ ਹੁੰਦੀਆਂ ਨੇ? ਅਜਿਹੀ ਰੋਚਕ ਤੱਤ ਚੈਨਲ ਲਈ ਜੁੜ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਜੇਕਰ ਤੁਸੀਂ ਪਹਿਲੀ ਵਾਰ ਸਾਡੇ YouTube ਦੇ ਚੈਨਲ ਜੋ ਟੀਵੀ ਉੱਪਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਇਸ ਚੈਨਲ ਦੇ ਉੱਤੇ ਅਜਿਹੇ ਰੋਚਕ ਤੱਥ ਅਤੇ ਜਾਣਕਾਰੀਆਂ ਵਾਲੀ ਵੀਡੀਓ ਆਉਂਦੀਆਂ ਰਹਿੰਦੀਆਂ ਨੇ। ਕੀ ਤੁਸੀਂ ਜਾਣਦੇ ਹੋ ਜਿਹੜਾ ਮਾਊਂਟੇਨ ਡਿਊ ਕੋਲਡ ਡਰਿੰਕ ਹੈ, ਸਭ ਤੋਂ ਪਹਿਲਾਂ ਇਸ ਨੂੰ ਵਿਸਕੀ ਦੇ ਨਾਲ ਪੀਣ ਦੇ ਲਈ ਬਣਾਇਆ ਗਿਆ ਸੀ, ਕਿਉਂਕਿ ਉਸ ਟਾਈਮ ਲੋਕਾਂ ਨੂੰ ਵਿਸਕੀ ਦਾ ਟੇਸਟ ਪਸੰਦ ਨਹੀਂ ਸੀ, ਇਸ ਕਰਕੇ ਮਾਊਂਟੇਨ ਡਿਊ ਨੂੰ ਲਿਆਂਦਾ ਗਿਆ ਸੀ। ਲੋਕ ਮਾਊਂਟੇਨ ਡਿਊ ਨੂੰ ਵਿਸਕੀ ਦੇ ਵਿੱਚ ਪਾ ਕੇ ਪੀਂਦੇ ਸਨ, ਪਰ ਅੱਜ ਕੱਲ੍ਹ ਮਾਊਂਟੇਨ ਡਿਊ ਨੂੰ ਕੋਲਡ ਡਰਿੰਕ ਦੀ ਤਰ੍ਹਾਂ ਹੀ ਵਰਤਿਆ ਜਾਂਦਾ ਹੈ। ਤੁਸੀਂ ਇਸ ਤਕਨੀਕ ਦੇ ਨਾਲ ਪਤਾ ਲਗਾ ਸਕਦੇ ਹੋ ਕਿ ਜਿਹੜਾ ਆਂਡਾ ਹੈ ਉਹ ਕਿੰਨਾ ਪੁਰਾਣਾ ਹੈ। ਜੇਕਰ ਆਂਡੇ ਨੂੰ ਤੁਸੀਂ ਇਸ ਤਰ੍ਹਾਂ ਪਾਣੀ ਦੇ ਵਿੱਚ ਪਾਉਂਦੇ ਹੋ ਤਾਂ ਉਹ ਬਿਲਕੁਲ ਥੱਲੇ ਤੱਕ ਪਹੁੰਚ ਜਾਂਦਾ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਆਂਡਾ ਬਿਲਕੁਲ ਤਾਜ਼ਾ ਹੈ। ਜੇਕਰ ਉਹ ਪਾਣੀ ਦੇ ਤਲ ਤੋਂ ਥੋੜਾ ਜਿਹਾ ਉੱਪਰ ਤੈਰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਆਂਡਾ ਇੱਕ ਹਫ਼ਤਾ ਪੁਰਾਣਾ ਹੈ। ਜੇਕਰ ਉਹ ਪਾਣੀ ਦੇ ਬਿਲਕੁਲ ਵਿਚਕਾਰ ਜਾਂ ਕਹੀਏ ਵਿੱਚੋਂ ਵਿੱਚ ਤੈਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਆਂਡਾ 2 ਤੋਂ 3 ਹਫ਼ਤੇ ਪੁਰਾਣਾ ਹੈ। ਜੇਕਰ ਆਂਡਾ ਇਸ ਤੋਂ ਵੀ ਬਹੁਤ ਜ਼ਿਆਦਾ ਪੁਰਾਣਾ ਹੈ ਤਾਂ ਉਹ ਪਾਣੀ ਦੇ ਵਿੱਚ ਨਹੀਂ ਡੁੱਬੇਗਾ, ਉਹ ਪਾਣੀ ਦੇ ਬਿਲਕੁਲ ਉੱਪਰ ਹੀ ਤੈਰਦਾ ਰਹੇਗਾ। ਮਸ਼ਹੂਰ ਐਕਟਰ ਜੈਕੀ ਚੈਨ ਦੇ ਮਾਤਾ ਪਿਤਾ ਦੀ ਜਿਹੜੀ ਸਟੋਰੀ ਹੈ ਉਹ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਜੈਕੀ ਚੈਨ ਦੇ ਪਿਤਾ ਜਵਾਨੀ ਦੇ ਸਮੇਂ ਜਸੂਸ ਜਾਨੀ ਕਿ ਇੱਕ ਸਪਾਈ ਸਨ ਤੇ ਜੈਕੀ ਚੈਨ ਦੀ ਮਾਤਾ ਇੱਕ ਡਰੱਗ ਡੀਲਰ ਸੀ, ਤੇ ਜੈਕੀ ਚੈਨ ਦੇ ਪਿਤਾ ਨੇ ਹੀ ਜਸੂਸੀ ਕਰਦਿਆਂ ਹੋਇਆ ਜੈਕੀ ਚੈਨ ਦੀ ਮਾਂ ਨੂੰ ਪੁਲਿਸ ਨੂੰ ਫੜਾਇਆ ਸੀ। ਬਾਅਦ ਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਪਿਆਰ ਹੋ ਗਿਆ ਤੇ ਇਹਨਾਂ ਨੇ ਵਿਆਹ ਕਰਵਾ ਲਿਆ ਤੇ ਇਹਨਾਂ ਦੇ ਘਰ ਜੈਕੀ ਚੈਨ ਦਾ ਜਨਮ ਹੋਇਆ। ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਡੀਆ ਦੀ ਆਬਾਦੀ ਕਿੰਨੀ ਹੈ। ਜਿੰਨੇ ਲੋਕ ਇਜ਼ਰਾਈਲ ਦੇ ਵਿੱਚ ਰਹਿੰਦੇ ਨੇ ਹਰ 3 ਮਹੀਨਿਆਂ ਦੇ ਵਿੱਚ ਇੰਡੀਆ ਦੇ ਵਿੱਚ ਉਨੇ ਲੋਕ ਪੈਦਾ ਹੋ ਜਾਂਦੇ ਨੇ, ਯਾਨੀ ਕਿ ਇੰਡੀਆ ਹਰ 3 ਮਹੀਨਿਆਂ ਦੇ ਵਿੱਚ ਇੱਕ ਨਵਾਂ ਇਜ਼ਰਾਈਲ ਬਣਾ ਦਿੰਦਾ ਹੈ। ਇੱਕ ਸਕੂਲ ਦੇ ਫੈਂਸੀ ਡਰੈਸ ਮੁਕਾਬਲੇ ਦੇ ਵਿੱਚ ਇਹ ਬੱਚੇ ਨੇ ਅਜਿਹੀ ਡਰੈਸ ਪਾਈ ਕਿ ਜਿਸ ਨੂੰ ਦੇਖਦੇ ਸਾਰ ਇਹ ਬੱਚੇ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ, ਕਿਉਂਕਿ ਇਹ ਡਰੈਸ ਦਾ ਟੌਪਿਕ ਸੀ ਕਿ ਮੈਂ ਆਪਣੀ ਪਤਨੀ ਦੇ ਨਾਲ ਬਹਿਸ ਕੀਤੀ ਤੇ ਉਸ ਦਾ ਇਹ ਨਤੀਜਾ ਹੈ। ਜੇਕਰ ਤੁਹਾਡਾ ਕੱਦ 6 ਫੁੱਟ 2 ਇੰਚ ਹੈ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਤੁਸੀਂ ਪੂਰੀ ਦੁਨੀਆ ਦੇ 94% ਲੋਕਾਂ ਤੋਂ ਲੰਬੇ ਹੋ। ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਹਾਈਟ 6 ਫੁੱਟ 2 ਇੰਚ ਤੋਂ ਉੱਪਰ ਹੈ ਤਾਂ ਤੁਸੀਂ ਦੁਨੀਆ ਦੇ ਉਹ 6% ਲੋਕਾਂ 'ਚ ਆਉਂਦੇ ਹੋ ਜਿਹੜੇ 6 ਫੁੱਟ ਤੋਂ ਉੱਚੇ ਨੇ। 2008 ਦੇ ਵਿੱਚ ਗੂਗਲ ਨੇ ਯੂਟਿਊਬ ਨੂੰ $1.6 ਬਿਲੀਅਨ ਦੇ ਵਿੱਚ ਖਰੀਦਿਆ ਸੀ। ਅੱਜ ਉਹੀ ਯੂਟਿਊਬ ਸਿਰਫ 2 ਹਫ਼ਤਿਆਂ ਦੇ ਵਿੱਚ ਹੀ $1.5 ਬਿਲੀਅਨ ਸਿਰਫ ਇਕੱਲੇ ਐਡ ਤੋਂ ਕਮਾ ਲੈਂਦਾ ਹੈ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਗੂਗਲ ਨੇ ਬਹੁਤ ਮੁਨਾਫੇ ਦਾ ਸੌਦਾ ਕੀਤਾ ਸੀ। ਇਹ ਇੱਕ ਅਜਿਹਾ ਡਾਂਸ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਜਿਵੇਂ ਇਹ ਸਾਰੇ ਲੋਕ ਪਾਣੀ ਦੇ ਉੱਪਰ ਤੈਰ ਰਹੇ ਨੇ। ਇਹ ਇੱਕ ਰਸ਼ੀਅਨ ਡਾਂਸ ਹੈ ਜਿਸ ਦੇ ਵਿੱਚ ਔਰਤਾਂ ਕੁਝ ਇਸ ਤਰ੍ਹਾਂ ਦੇ ਨਾਲ ਡਾਂਸ ਕਰਦੀਆਂ ਨੇ, ਪਰ ਇਹ ਡਾਂਸ ਸਿੱਖਣ ਦੇ ਲਈ ਇਹ ਔਰਤਾਂ ਨੂੰ ਕਈ ਸਾਲਾਂ ਤੱਕ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ। ਇੰਡੋਨੇਸ਼ੀਆ ਦੇ ਸਕੂਲਾਂ ਦੇ ਵਿੱਚ ਇੱਕ ਸਪੈਸ਼ਲ ਦਿਨ ਤੇ ਬੱਚਿਆਂ ਦੀਆਂ ਮੰਮੀਆਂ ਨੂੰ ਸਕੂਲ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਫਿਰ ਇਹ ਬੱਚੇ ਸਾਰੀ ਕਲਾਸ ਦੇ ਸਾਹਮਣੇ ਆਪਣੀ ਮਾਂ ਨੂੰ ਬਿਠਾ ਕੇ ਉਹਨਾਂ ਦੇ ਪੈਰ ਧੋਂਦੇ ਨੇ। ਇਸ ਤਰ੍ਹਾਂ ਦੇ ਨਾਲ ਸਕੂਲ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਮਾਂ ਦੀ ਰਿਸਪੈਕਟ ਕਰਨੀ ਸਿਖਾਈ ਜਾਂਦੀ ਹੈ। ਤੁਸੀਂ ਕਈ ਵਾਰ ਫਿਲਮਾਂ ਦੇ ਵਿੱਚ PVR ਦਾ ਲੋਗੋ ਦੇਖਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ PVR ਦੀ ਫੁੱਲ ਫਾਰਮ ਕੀ ਹੈ, ਯਾਨੀ ਕਿ ਇਸ ਦਾ ਪੂਰਾ ਮਤਲਬ ਕੀ ਹੈ? PVR ਦੀ ਫੁੱਲ ਫਾਰਮ ਹੈ ਪ੍ਰੀਆ ਵਿਲੇਜ ਰੋਡ ਸ਼ੋ। ਪਹਿਲਾਂ ਰੋਡ ਸ਼ੋ ਕਰਿਆ ਕਰਦੇ ਸਨ ਤੇ ਬਾਅਦ ਦੇ ਵਿੱਚ ਸਿਨੇਮਾ ਦੀ ਇੰਡਸਟਰੀ ਵਿੱਚ ਆ ਗਏ। ਜਿਹੜਾ ਤੁਸੀਂ ਇਨਸਾਨ ਦੇਖ ਰਹੇ ਹੋ ਇਸ ਨੂੰ ਨਾ ਤਾਂ ਕਾਰ ਚਲਾਉਣੀ ਆਉਂਦੀ ਹੈ ਤੇ ਨਾ ਹੀ ਮੋਟਰਸਾਈਕਲ, ਪਰ ਇਸ ਇਨਸਾਨ ਨੇ ਪਤਾ ਹੀ ਨਹੀਂ ਕਿੰਨੇ ਟ੍ਰੈਫਿਕ ਦੇ ਰੂਲ ਬਣਾਏ ਨੇ, ਜਿਵੇਂ ਕਿ 1-way ਹੋ ਗਿਆ, ਟ੍ਰੈਫਿਕ ਸਰਕਲ ਹੋ ਗਿਆ, ਇੱਥੋਂ ਤੱਕ ਕਿ ਟੈਕਸੀ ਸਟੈਂਡ ਦਾ ਆਈਡੀਆ ਵੀ ਇਸ ਇਨਸਾਨ ਦਾ ਸੀ। ਪਰ ਇਸ ਤੋਂ ਬਾਅਦ ਵੀ ਇਹ ਇਨਸਾਨ ਨੇ ਆਪਣੀ ਪੂਰੀ ਜ਼ਿੰਦਗੀ ਕਦੇ ਵੀ ਡਰਾਈਵਿੰਗ ਨਹੀਂ ਕੀਤੀ। ਇਹ ਇੱਕ ਅਜਿਹਾ ਆਈਲੈਂਡ ਹੈ ਜਿਸ ਦਾ ਨਾਮ ਹੈ ਜਸਟ ਇਨ ਆਫ ਆਈਲੈਂਡ। ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਆਈਲੈਂਡ ਤੇ ਸਿਰਫ ਇੱਕ ਦਰਖਤ ਤੇ ਇੱਕ ਘਰ ਹੈ, ਇਸ ਕਰਕੇ ਇਹ ਆਈਲੈਂਡ ਦਾ ਨਾਮ ਵੀ ਜਸਟ ਇਨ ਆਫ ਆਈਲੈਂਡ ਹੀ ਹੈ। ਜਾਪਾਨ ਦੇ ਵਿੱਚ ਜਾਪਾਨੀ ਰੇਲਵੇ ਨੇ ਰੇਲਵੇ ਟਰੈਕ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਛੋਟੀਆਂ ਛੋਟੀਆਂ ਸੁਰੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਹ ਛੋਟੀ ਜਿਹੀ ਨਾਲੀ ਵਰਗੀ ਸੁਰੰਗ ਹੁੰਦੀ ਹੈ ਜਿਸ ਦੇ ਨਾਲ ਜੀਵ ਇੱਕ ਸਾਈਡ ਤੋਂ ਦੂਜੀ ਸਾਈਡ ਰੇਲਵੇ ਟਰੈਕ ਨੂੰ ਪਾਰ ਕਰ ਸਕਦੇ ਨੇ, ਜਦਕਿ ਇਹ ਪਹਿਲਾਂ ਰੇਲਵੇ ਟਰੈਕ ਨੂੰ ਪਾਰ ਨਹੀਂ ਕਰ ਪਾਉਂਦੇ ਸੀ ਤੇ ਰੇਲ ਦੇ ਹੇਠਾਂ ਆਉਣ ਦੇ ਨਾਲ ਕੱਟੇ ਜਾਂਦੇ ਸਨ। ਇਹ ਸੁਰੰਗਾਂ ਨੂੰ ਖਾਸ ਕਰਕੇ ਕਛੂਏ ਜਾਂ ਕਈ ਹੌਲੀ ਚੱਲਣ ਵਾਲੇ ਜੀਵਾਂ ਦੇ ਲਈ ਬਣਾਇਆ ਗਿਆ ਹੈ। ਤੁਸੀਂ ਇੱਕ ਟਿੱਡੇ ਵੱਲੋਂ ਕੱਢੀ ਗਈ ਆਵਾਜ਼ ਦੇ ਨਾਲ ਉਹ ਜਗ੍ਹਾ ਦੇ ਤਾਪਮਾਨ ਦਾ ਅੰਦਾਜ਼ਾ ਲਗਾ ਸਕਦੇ ਹੋ। ਇਸ ਦੇ ਲਈ ਤੁਸੀਂ ਸਿਰਫ ਟਿੱਡੇ ਨੂੰ ਸੁਣਨਾ ਹੈ ਕਿ ਉਹ 14 ਸੈਕਿੰਡ ਦੇ ਵਿੱਚ ਕਿੰਨੀ ਵਾਰ ਆਵਾਜ਼ ਕੱਢ ਰਿਹਾ ਹੈ, ਤੇ ਜਿੰਨਾ ਵੀ ਉਹ ਨੰਬਰ ਆਵੇ ਉਸ ਨੂੰ ਤੁਸੀਂ 40 ਦੇ ਵਿੱਚ ਜੋੜ ਦਵੋ ਤੇ ਤੁਹਾਨੂੰ ਜਿਹੜਾ ਆਨਸਰ ਮਿਲੇਗਾ ਉਹ ਜਗ੍ਹਾ ਦਾ ਤਾਪਮਾਨ ਹੋਵੇਗਾ। ਇਹ ਪੂਰੀ ਤਰ੍ਹਾਂ ਦੇ ਨਾਲ ਤਾਂ ਸਹੀ ਨਹੀਂ ਹੁੰਦਾ, ਪਰ ਇਸ ਦੇ ਵਿੱਚ ਸਿਰਫ 1-2 ਡਿਗਰੀ ਦਾ ਹੀ ਫਰਕ ਹੁੰਦਾ ਹੈ। ਟੈਲੀਗ੍ਰਾਮ ਤੋਂ ਕਈ ਲੋਕ ਮੂਵੀ ਡਾਊਨਲੋਡ ਕਰਕੇ ਦੇਖਦੇ ਨੇ, ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਤਰ੍ਹਾਂ ਕਰਨ ਦੇ ਨਾਲ ਜੇਲ੍ਹ ਤੱਕ ਵੀ ਜਾ ਸਕਦੇ ਹੋ? ਜੇਕਰ ਕੋਈ ਫਿਲਮ ਫ੍ਰੀ ਨਹੀਂ ਹੈ ਪਰ ਤੁਸੀਂ ਉਸ ਨੂੰ ਟੈਲੀਗ੍ਰਾਮ ਦੇ ਉੱਪਰ ਡਾਊਨਲੋਡ ਕਰਕੇ ਦੇਖ ਰਹੇ ਹੋ ਤਾਂ ਤੁਸੀਂ ਪਾਇਰੇਸੀ ਐਕਟ ਦੇ ਅਧੀਨ ਇੱਕ ਜੁਰਮ
ਹੁਣ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਅਸੀਂ ਕੋਲਗੇਟ ਖਾ ਲਈਏ ਤਾਂ ਕੀ ਹੋਵੇਗਾ। ਜਦੋਂ ਕੋਈ ਇਨਸਾਨ ਬ੍ਰਸ਼ ਕਰਦਾ ਹੈ ਤਾਂ ਥੋੜੀ ਬਹੁਤੀ ਮਾਤਰਾ ਦੇ ਵਿੱਚ ਕੋਲਗੇਟ ਉਸਦੇ ਢਿੱਡ ਦੇ ਵਿੱਚ ਚਲਿਆ ਜਾਂਦਾ ਹੈ, ਪਰ ਇਸ ਦੇ ਨਾਲ ਉਸਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਕੋਲਗੇਟ ਇੰਨਾ ਜ਼ਿਆਦਾ ਸਾਡੇ ਸਰੀਰ ਦੇ ਲਈ ਹਾਨੀਕਾਰਕ ਨਹੀਂ ਹੁੰਦਾ। ਪਰ ਜੇਕਰ ਕੋਈ ਇਨਸਾਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੋਲਗੇਟ ਖਾ ਲਵੇਗਾ ਤਾਂ ਉਸ ਦੇ ਨਾਲ ਉਸਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਹੈ, ਕਿਉਂਕਿ ਕੋਲਗੇਟ ਤੋਂ ਲੈ ਕੇ ਬਾਕੀ ਵੀ ਜਿੰਨੇ ਟੁੱਥ ਪੇਸਟ ਹੁੰਦੇ ਨੇ ਇਹਨਾਂ ਸਾਰਿਆਂ ਦੇ ਵਿੱਚ ਕੈਮੀਕਲ ਪਾਏ ਹੁੰਦੇ ਨੇ। ਜੇਕਰ ਤੁਹਾਡੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੋਲਗੇਟ ਚਲਿਆ ਗਿਆ ਤਾਂ ਤੁਹਾਡੇ ਪੇਟ ਦੇ ਵਿੱਚ ਅਜਿਹਾ ਦਰਦ ਹੋਵੇਗਾ ਜਿਹੜਾ ਤੁਸੀਂ ਸਹਿ ਨਹੀਂ ਸਕੋਗੇ। ਤੁਹਾਡੇ ਸਟੋਮਚ ਦੇ ਵਿੱਚ ਇਸ ਦੇ ਨਾਲ ਬਲੌਕੇਜ ਆ ਸਕਦੀ ਹੈ ਤੇ ਤੁਹਾਨੂੰ ਡਾਇਰੀਆ ਹੋ ਜਾਵੇਗਾ। ਇਸ ਅੰਜੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਉਸ ਦੇ ਬਾਰੇ ਕੁਝ ਰੌਚਕ ਤਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਅੱਗੇ ਆਪਾਂ ਕਿਹੜੇ ਟੌਪਿਕ ਦੇ ਉੱਤੇ ਵੀਡੀਓ ਬਣਾਈਏ ਉਸ ਦੇ ਬਾਰੇ ਵੀ ਜ਼ਰੂਰ ਦੱਸਣਾ ਤੇ ਨਾਲ ਹੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।